ਹਰ ਪੰਜਾਬੀ ਨੂੰ ਹਰ ਸਿੱਖ ਨੂੰ ਆਪਣੇ ਘਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ। ਘਟੋ-ਘਟ ਆਪਣੇ ਘਰਾਂ 'ਚ ਇਹ ਪ੍ਰਾਲਾ ਕਰੋ ਪੰਜਾਬ ਵਾਲਿਓ ਜੇ ਬਚਣਾ ਜੇ ਨਾ ਤੇ ਆਪਣੀ ਮਾਂ ਬੋਲੀ ਨੂੰ ਬੋਲਣਾ ਸ਼ੁਰੂ ਕਰੋ। ਇਹਨੂੰ ਵਿਵਾਦ 'ਚ ਨਹੀਂ ਲੈਣਾ। ਹਰ ਪੰਜਾਬੀ ਨੂੰ ਹਰ ਸਿੱਖ ਨੂੰ ਆਪਣੇ ਘਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ। بس ਜਿਹੜੀ ਸਭ ਤੋਂ ਵੱਡਾ ਦੁਖਾਂਤ ਇਹ ਵੇ ਕਿ ਅਸੀਂ ਨਾ ਪੰਜਾਬੀ ਪੜ ਰਹੇ ਆ ਅੱਜ ਪੰਜਾਬੀ ਲਿਟਰੇਚਰ ਨਹੀਂ ਪੜਿਆ ਜਾ ਰਿਹਾ ਹੁਣ ਮੰਨ ਲਓ ਅਜੀਤ ਅਖਬਾਰ ਹੈ ਇਹ ਜਿੰਨੀ ਦੇਰ ਤੱਕ ਬੱਚਾ ਪੰਜਾਬੀ ਨਹੀਂ ਪੜੇਗਾ ਇਹ ਅਖਬਾਰ ਨੂੰ ਕਿਵੇਂ ਪੜੇਗਾ ਆਪਾਂ ਫਿਰ ਇੱਥੇ ਗੱਲ ਕਹਿੰਦੇ ਆ ਜੀ ਨਹੀਂ ਜੀ ਤੇ ਸੰਕੀਰਨਤਾ ਜੀ ਪਛਾਵਾਂ ਸਭ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਪਛਾਵਾਂ ਨੇ ਇਹਦੇ ਵਿੱਚ ਸਿੰਧ ਦੀ ਹੈ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਉਹ ਪੋਠੋ ਹਾਰੀਚੇ ਲੈਂਦੀ ਜੀ ਨੂੰ ਕਹਿੰਦੇ ਆ ਬਾਬਾ ਫਰੀਦ ਸਾਹਿਬ ਲੈਂਦੀ ਕਾਫੀ ਵਰਦੇ ਆ ਗੁਰੂ ਸਾਹਿਬ ਵਰਦੇ ਆ ਪਰ ਇੱਕ ਗੱਲ ਜਿਹੜੀ ਅੱਜ ਕਰਨ ਵਾਲੀ ਹੈ ਕਿਉਂਕਿ ਆਪਣੇ ਕੋਲ ਟਾਈਮ ਹੋਣਾ ਕੋਈ ਬੜੇ ਬਰੀਕ ਨੁਕਤੇ ਨੇ ਪਰਵਾਰ ਦਾ ਕੀ ਸਬੰਧ ਹੋਵੇ ਕਿਰਤ ਕਿਹੋ ਜੀ ਹੋਵੇ ਰਾਜਾ ਕਿਹੋ ਜਿਹਾ ਹੋਵੇ ਧਰਮ ਦਾ ਸਿਸਟਮ ਹਰ ਚੀਜ਼ ਦਾ ਉੱਤਰ ਗੁਰੂ ਨਾਨਕ ਦੇਵ ਜੀ ਕੋਲ ਹੈ ਦੇਖੋ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਘਰ ਕਰਮੀਆਂ ਸਬਨਾ ਜੀਆਂ ਬੋਲੀ ਔਰ ਤੇਮਾਰੀ ਜਦੋਂ ਇਤਿਹਾਸਮ ਆਇਆ ਤੇ ਲੋਕਾਂ ਦੇ ਘਰਾਂ ਦੀ ਬੋਲੀ ਹੋ ਗਈ ਸੀ ਹਾਲਾਂ ਆਪਣੀਆਂ ਨਾਲ ਦੀ ਜਮਾਂਦਰੂ ਬੋਲੀ ਨਹੀਂ ਸੀ ਔਰਤ ਕਹਿੰਦੀ ਸੀ ਆਪਣੇ ਪਤੀ ਨੂੰ ਮੀਆਂ ਸਾਹਿਬ ਤੇ ਘਰ ਵਾਲਾ ਭਾਵੇਂ ਖੱਤਰੀ ਸੀ ਕਹਿੰਦਾ ਸੀ بیگم صاحبਾਂ ਮਾਰੇ ਨੇ ਕਿਹਾ ਉਹ ਤੁਹਾਡੀ ਮਤ ਮਾਰੇਗੀ ਤੁਸੀਂ ਤੇ ਆਪਣੇ ਮਾਂ ਦੀ ਬੋਲੀ ਵੀ ਛੱਡ ਦਿੱਤੀ ਮਾਂ ਬੋਲੀ ਛੱਡ ਦਿੱਤੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਉਹ ਵਰਤਮਾਰੀ ਇੱਕ ਬਚਨ ਹੋਰ ਹੁੰਦਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਮੈਂ ਇਹ ਜ਼ਰੂਰ ਕਹਾਂਗਾ ਕਿ ਮੇਰਾ ਗੁਰੂ ਨਾਨਕ ਸਾਹਿਬ ਸਭ ਬੋਲੀਆਂ ਨੂੰ ਪਿਆਰ ਕਰਦੇ ਨੇ ਪਰ ਘਟੂ ਘਟ ਆਪਣੇ ਘਰਾਂ ਚ ਇਹ ਪ੍ਰਾਲਾ ਕਰੋ ਪੰਜਾਬ ਵਾਲਿਓ ਜੇ ਬਚਣਾ ਜੇ ਨਾ ਤੇ ਆਪਣੀ ਮਾਂ ਬੋਲੀ ਨੂੰ ਬੋਲਣਾ ਸ਼ੁਰੂ ਕਰੋ ਕਿਉਂਕਿ ਲਫ਼ਜ਼ ਗਵਾ ਚੁੱਕੇ ਆ ਵੋਕੈਬਲਰੀ ਲੋਕਾਂ ਦੀ 50 ਸ਼ਬਦਾਂ ਤੱਕ ਵੀ ਨਹੀਂ ਰਹਿ ਗਈ ਤੇ ਉਹ ਤਾਂ ਹੋਵੇਗਾ ਜੇ ਆਪਣੀ ਮਾਂ ਬੋਲੀ ਨੂੰ ਅਗਲੀ ਗੱਲ ਗੁਰਮੁਖੀ ਸਕ੍ਰਿਪਟ ਜਿਹੜਾ ਚਲੋ ਭਾਸ਼ਾ ਪੰਜਾਬੀ ਹੈ ਪਰ ਲਿਪੀ ਤਾਂ ਸਾਡੀ ਗੁਰਮੁਖੀ ਹੈ ਨਾ ਦੇਵਨਾਗਰੀ ਨਹੀਂ ਜਿੰਨੀ ਦੇਰ ਤੱਕ ਗੁਰਮੁਖੀ ਲਿਪੀ ਨੂੰ ਅਸੀਂ ਧਿਆਨ ਚ ਨਹੀਂ ਰੱਖਦੇ ਸਾਡੇ ਤੋਂ ਗੁਰਬਾਣੀ ਸ਼ੁੱਧ ਪੜ੍ਹੀ ਨਹੀਂ ਜਾਣੀ ਉਹਦੇ ਕਾਰਨ ਨੇ ਤੁਸੀਂ ਅੰਗਰੇਜ਼ੀ ਵਿੱਚ 26 ਅੱਖਰਾਂ 'ਚ ਥੱਲੇ ਦੀ ਧੁਨੀ ਕਿਸੇ ਕੋਲ ਨਹੀਂ ਹੁਣ ਇੱਕ ਸ਼ਬਦ ਹੁੰਦਾ ਕਿਰਪਾ ਇੱਕ ਹੁੰਦਾ ਕਿਰਪਾ ਕਿਰਪਾ ਲਿਖਣ ਦੇ ਲਈ ਕਿਰਪਾ ਲਿਖਣ ਲਈ ਸਾਨੂੰ ਪੈਰ ਚ ਰਾਰਾ ਪਾਣਾ ਪਰ ਅੰਗਰੇਜ਼ੀ ਕੋਲ ਨਹੀਂ ਹੈਗਾ ਪੈਰ ਚ ਰਾਰਾ ਫਿਰ ਵੀ ਸਾਨੂੰ ਗੁਰਮੁਖੀ ਲਿਪੀ ਤੇ ਪੰਜਾਬੀ ਜਿਹੜੀ ਸਾਡੀ ਪਾਸ਼ਾ ਹੈ ਅਸੀਂ ਉਹਨੂੰ ਜ਼ਰੂਰ ਅਪਣਾਈਏ ਬਾਕੀ ਗੁਰੂ ਨਾਨਕ ਸਾਹਿਬ ਦੇ ਮਤ ਦੇ ਸਿਰਫ ਤਿੰਨ ਕੰਮ ਨੇ ਸਾਰਾ ਨਚੋੜ ਇਹਦੇ ਚ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜੇ ਇਹ ਕਹੀ ਜੀ ਕਿਰਤ ਕਰੋ ਤੇ ਵੰਡ ਛਕੋ ਇਹ ਨਹੀਂ ਪੂਰਾ ਕਿਰਤ ਕਰੋ ਨਾਮ ਜਪੋ ਤੇ ਤੀਜਾ ਲਫ਼ਜ਼ ਵਰਦੇ ਆ ਵੰਡ ਛਕੋ ਕਿਰਤ ਵਿੱਚੋਂ ਵੀ ਵੰਡੋ ਤੇ ਨਾਮ ਵਿੱਚੋਂ ਵੀ ਵੰਡੋ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸਿੱਖਾਂ ਨੂੰ ਤੌਫੀਕ ਬਖਸ਼ਣ ਇਹ ਮਿਲ ਬੈਠਣ ਤੇ ਲੋਕਾਂ ਵਾਸਤੇ ਚਾਨਣ ਮਰਾਰਾ ਬਣ ਸਕਿਆ